ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਭਗਵੰਤ ਮਾਨ। ਦੋਸਤੋ, ਤੁਹਾਨੂੰ ਪਤਾ ਹੀ ਹੈ ਕਿ ਕਿਸ ਤਰ੍ਹਾਂ ਅਕਾਲੀ ਦਲ ਨੇ ਗੁੰਡਾਗਰਦੀ ਕਰਕੇ ਸਾਡੀਆਂ ਰੈਲੀਆਂ 'ਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ, ਕਿਉਂਕਿ ਇਹਨਾਂ ਨੂੰ ਪਤਾ ਲੱਗ ਗਿਆ ਕਿ ਰੈਲੀਆਂ ਦੇ ਵਿੱਚ ਲੋਕ 20-30, 40-40, 50-50 ਹਜ਼ਾਰ ਦੀ ਤਾਦਾਦ ਦੇ ਵਿੱਚ ਗਿਣਤੀ 'ਚ ਆਉਣ ਲੱਗ ਗਏ। ਇਸ ਕਰਕੇ ਇਹਨਾਂ ਨੂੰ ਆਪਣੀਆਂ ਕੁਰਸੀਆਂ ਜਿਹੜੀਆਂ ਨੇ ਉਹ ਖਿਸਕਦੀਆਂ ਨਜ਼ਰ ਆ ਰਹੀਆਂ ਨੇ। ਸੋ ਕਿਸ ਤਰ੍ਹਾਂ ਮਲੋਟ ਦੇ ਵਿੱਚ ਇਹਨਾਂ ਦੇ ਗੁੰਡੇ ਜਿਹੜੇ ਉਹ ਆ ਕੇ ਰੈਲੀ 'ਚ ਬਹਿ ਗਏ ਅਤੇ ਪੁਲਿਸ ਨੇ ਕੁਛ ਨਹੀਂ ਕਿਹਾ। ਜਦੋਂ ਹੀ ਮੈਂ ਭਾਸ਼ਣ ਸ਼ੁਰੂ ਕੀਤਾ ਤਾਂ ਉਹਨਾਂ ਨੇ ਸਟੇਜ ਵੱਲ ਨੂੰ ਹਮਲਾ ਕੀਤਾ, ਤਾਂ ਸਾਡੇ ਵਲੰਟੀਅਰ ਜਿਹੜੇ ਨੇ ਉਹ ਉਹਨਾਂ ਨੂੰ ਰੋਕਣ ਲੱਗੇ, ਤਾਂ ਦੋ ਮੁੰਡੇ ਸਾਡੇ ਬਹੁਤ ਜ਼ਖਮੀ ਹੋਏ। ਅੱਜ ਮੈਂ ਮੁਕਤਸਰ ਦੇ ਸਿਵਲ ਹੋਸਪਿਟਲ 'ਚ ਸੁਖਵਿੰਦਰ ਬਰਾੜ ਮੁੰਡਾ ਅਤੇ ਇੱਕ ਨਾਲ ਮੁੰਡਾ ਹੋਰ ਹੈ ਸਾਡਾ, ਇਹਨਾਂ ਨੂੰ ਮਿਲ ਕੇ ਆਏ ਹਾਂ, ਉਹਨਾਂ ਦਾ ਹਾਲ ਚਾਲ ਪੁੱਛ ਕੇ ਆਇਆਂ ਅਤੇ ਉਹ ਬਹੁਤ ਹੌਸਲੇ 'ਚ ਨੇ। ਅਤੇ ਹੁਣ ਅਕਾਲੀ ਦਲ ਅਫਵਾਹ ਫੈਲਾ ਰਿਹਾ ਕਿ ਸ਼ਾਇਦ ਭਗਵੰਤ ਮਾਨ ਹੁਣ ਰੈਲੀਆਂ ਨਹੀਂ ਕਰੂਗਾ। ਵੀਰੋ, ਇਹਨਾਂ ਦੀਆਂ ਇਹਨਾਂ ਗੁੰਡਾਗਰਦੀਆਂ ਤੋਂ ਡਰਨ ਵਾਲੇ ਅਸੀਂ ਹੈ ਨਹੀਂ। ਸੋ ਕੱਲ੍ਹ ਨੂੰ ਮੇਰੇ ਪ੍ਰੋਗਰਾਮ ਜਿਹੜੇ 3 ਪ੍ਰੋਗਰਾਮ ਨੇ, ਕੱਲ੍ਹ ਨੂੰ ਰੋਪੜ ਜ਼ਿਲ੍ਹੇ ਦੇ ਵਿੱਚ ਮੀਆਂਪੁਰ ਪਿੰਡ ਹੈ, ਉੱਥੇ ਰੈਲੀ ਹੈ। ਉਸ ਤੋਂ ਬਾਅਦ ਦਾਣਾ ਮੰਡੀ ਬਲਾਚੌਰ ਹੈ, 1:30 ਵਜੇ ਉੱਥੇ ਰੈਲੀ ਹੈ। ਅਤੇ ਉਸ ਤੋਂ ਬਾਅਦ ਦਾਣਾ ਮੰਡੀ ਸੁਲਤਾਨਪੁਰ ਲੋਧੀ 4:30-4:30 ਉੱਥੇ ਰੈਲੀ ਹੈ। ਸੋ ਇਹਨਾਂ ਦੀਆਂ ਇਹ ਗਿੱਦੜ ਧਮਕੀਆਂ ਤੋਂ ਅਸੀਂ ਡਰਨ ਵਾਲੇ ਨਹੀਂ ਹੈਗੇ। ਜਿੰਨਾ ਚਿਰ ਤੁਸੀਂ ਨਾਲ ਹੋ ਸਾਨੂੰ ਕੋਈ ਡਰ ਨਹੀਂ। ਔਰ ਮੈਂ ਲੱਖਾਂ ਪੰਜਾਬੀਆਂ ਦਾ ਧੰਨਵਾਦ ਕਰਦਾ ਪੂਰੀ ਦੁਨੀਆ 'ਚ ਬੈਠਿਆਂ ਦਾ, ਜਿਨ੍ਹਾਂ ਨੇ ਮੇਰਾ ਹੌਸਲਾ ਵਧਾਇਆ ਕੱਲ੍ਹ ਦਾ। ਅੱਜ ਵੀ ਈਮੇਲ ਆ ਰਹੀਆਂ ਨੇ, ਅੱਜ ਵੀ ਫੇਸਬੁੱਕ 'ਤੇ ਮੈਸੇਜ ਆ ਰਹੇ ਨੇ। ਔਰ ਜਿਸ ਕੰਮ ਲਈ ਲੱਗਿਆ ਵੀਰੋ, ਇਹ ਕੰਮ ਔਖਾ ਜ਼ਰੂਰ ਹੈ ਪਰ ਇਹ ਨਾਮੁਮਕਿਨ ਨਹੀਂ ਹੈਗਾ, ਅਸੰਭਵ ਨਹੀਂ ਹੈਗਾ। ਸੋ ਇਹ ਹੁਣ ਆਪਸ ਦੇ ਵਿੱਚ ਰਲ ਕੇ ਇਹ ਸਾਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਪਰਚੇ ਪਾ ਰਹੇ ਨੇ ਸਾਡੇ 'ਤੇ। ਅਤੇ ਮੈਂ ਤੁਹਾਨੂੰ ਹੋਰ ਵੀ ਦੱਸਦਾ ਕਿ ਅੱਜ ਵੀ ਮੈਂ SSP ਨਾਲ ਗੱਲ ਕੀਤੀ ਸੀ, ਸੁਖਬੀਰ ਬਾਦਲ ਦੀ ਪੁਲਿਸ ਨੇ ਆਪਦੇ ਗੁੰਡਿਆਂ 'ਤੇ ਇੱਕ ਵੀ ਪਰਚਾ ਨਹੀਂ ਪਾਇਆ ਹਜੇ ਤੱਕ। ਸਾਡੀ ਰੈਲੀ ਨੂੰ ਕਿਵੇਂ ਵਿਘਨ ਪਾਇਆ, ਕਿਵੇਂ ਲੋਕਾਂ 'ਚ ਭਗਦੜ ਮਚਾਈ, ਇਹ ਕਹਿੰਦੇ ਕੋਈ ਕੇਸ ਹੀ ਨਹੀਂ ਬਣਦਾ। ਸੋ ਵੀਰੋ, ਕੋਈ ਗੱਲ ਨਹੀਂ, ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ ਇਹਨਾਂ ਦੇ ਸਾਰੇ ਹਿਸਾਬ ਲਏ ਜਾਣਗੇ ਜਦੋਂ 2017 ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਬਣੂਗੀ। ਸੋ ਕੱਲ੍ਹ ਨੂੰ ਮਿਲਦੇ ਹਾਂ 11 ਵਜੇ ਮੀਆਂਪੁਰ ਪਿੰਡ ਡਿਸਟ੍ਰਿਕਟ ਰੋਪੜ, 1:30 ਵਜੇ ਦਾਣਾ ਮੰਡੀ ਬਲਾਚੌਰ, ਅਤੇ 4:30 ਵਜੇ ਦੇ ਕਰੀਬ 4:30 ਦੇ ਕਰੀਬ ਦਾਣਾ ਮੰਡੀ ਸੁਲਤਾਨਪੁਰ ਲੋਧੀ। ਰੈਲੀਆਂ ਦਾ ਸਿਲਸਿਲਾ ਇਸ ਤਰ੍ਹਾਂ ਜਾਰੀ ਰਹੂਗਾ। ਇਸ ਤਰ੍ਹਾਂ ਪਰਸੋਂ ਨੂੰ ਘਨੌਰ ਦੇ ਵਿੱਚ ਰੈਲੀ ਹੈ, ਉਹ ਤੋਂ ਬਾਅਦ 7 ਤਰੀਕ ਨੂੰ ਮੂਲੋਵਾਲ ਧੂਰੀ ਦੇ ਨੇੜੇ, ਅਤੇ ਦਿੜਬਾ ਮੰਡੀ ਦੇ ਵਿੱਚ, ਅਤੇ ਲੌਂਗੋਵਾਲ ਸੁਨਾਮ ਦੇ ਨੇੜੇ ਰੈਲੀਆਂ ਚੱਲਣਗੀਆਂ। ਉਸ ਤੋਂ ਬਾਅਦ ਕੇਜਰੀਵਾਲ ਸਾਹਿਬ ਨੇ ਆਉਣਾ। ਰੈਲੀਆਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੂਗਾ। ਅਸੀਂ ਦੁੱਗਣੇ ਹੌਸਲੇ ਨਾਲ, ਅਸੀਂ ਦੁੱਗਣੇ ਜੋਸ਼ ਨਾਲ ਰੈਲੀਆਂ ਦੇ ਵਿੱਚ ਜਾਵਾਂਗੇ, ਅਤੇ ਤੁਸੀਂ ਵੀ ਦੁੱਗਣੇ ਹੌਸਲੇ ਅਤੇ ਦੁੱਗਣੇ ਜੋਸ਼ ਨਾਲ ਆਉਣਾ। ਇਨਕਲਾਬ ਜ਼ਿੰਦਾਬਾਦ।